ਗਿੱਪੀ ਗਰੇਵਾਲ ਦੇ ਬੰਗਲੋ ਦੇ ਬਾਹਰ ਗੋਲੀਆਂ ਚੱਲੀਆਂ ਨੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਗਿੱਪੀ ਗਰੇਵਾਲ ਦੇ ਵੈਨਕੂਵਰ ਦੇ ਵਿੱਚ ਸਥਿਤ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਇਸ ਗੱਲ ਦੀ ਜੋ ਆ ਸੋਸ਼ਲ ਮੀਡੀਆ ਤੋਂ ਇੱਕ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਾਰੈਂਸ ਵਿਸ਼ਨੋਈ ਗਰੁੱਪ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਗੱਲ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਗਿੱਪੀ ਗਰੇਵਾਲ ਦੇ ਬੰਗਲੋ ਦੇ ਬਾਹਰ ਜੋ ਆ ਗੋਲੀਆਂ ਉਹਨਾਂ ਦੇ ਵੱਲੋਂ ਚਲਾਈਆਂ ਗਈਆਂ ਨੇ ਇਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਤੋਂ ਲੈ ਕੇ ਸਲਮਾਨ ਖਾਨ ਦਾ ਜ਼ਿਕਰ ਕੀਤਾ ਗਿਆ ਸੋ ਗਿੱਪੀ ਗਰਵਾਲ ਦੇ ਬੰਗਲੋ ਦੇ ਬਾਹਰ ਗੋਲੀਆਂ ਚਲਾਈਆਂ ਗਿਆ ਨਾ ਇਸ ਗੱਲ ਦੀ ਜੋ ਆ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਗਈ ਹੈ ਤੇ ਨਾਲ ਦੀ ਨਾਲ ਸਲਮਾਨ ਖਾਨ ਦਾ ਜ਼ਿਕਰ ਕੀਤਾ ਗਿਆ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਸ ਵਕਤ ਗਿੱਪੀ ਗਰਵਾਲ ਦਾ ਪੂਰਾ ਪਰਿਵਾਰ ਜੋ ਸੀਗਾ ਉਸ ਘਰ ਦੇ ਵਿੱਚ ਮੌਜੂਦ ਸੀਗਾ ਗਿੱਪੀ ਗਰਵਾਲ ਜੋ ਸੀਗੇ ਇਸ ਨਵੇਂ ਘਰ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਸ਼ਿਫਟ ਹੋਏ ਸੀਗੇ ਸਭ ਪੂਰਾ ਪਰਿਵਾਰ ਜੋ ਸੀਗਾ ਉਸ ਵਕਤ ਮੌਜੂਦ ਸੀਗਾ ਜਦੋਂ ਗੋਲੀਆਂ ਜੋ ਕਿ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਚਲਾਏ ਗਿਆ ਸੀਗਾ ਤਾਂ ਉਸ ਵੇਲੇ ਸਾਰਾ ਪਰਿਵਾਰ ਮੌਜੂਦ ਸੀਗਾ ਤੇ ਅਜੇ ਆ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਗਿੱਪੀ ਗਰੇਵਾਲ ਦੀ ਲੈਂਬੋਰਗਿਨੀ ਵੀ ਘਰ ਦੇ ਬਾਹਰ ਖੜੀ ਸੀਗੀ ਜਿਸ ਦੇ ਉੱਤੇ ਚਾਰ ਗੋਲੀਆਂ ਲੱਗੀਆਂ ਨੇ ਸੋ ਖਬਰ ਸਾਂਝੀ ਕਰ ਰਹੇ ਹਾਂ ਗਿੱਪੀ ਗਰੇਵਾਲ ਦੇ ਵੈਨਕੂਵਰ ਦੇ ਵਿੱਚ ਸਥਿਤ ਘਰ ਦੇ ਬਾਹਰ ਜੋ ਆ ਲੌਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਗੋਲੀਆਂ ਚ ਲਏ ਗਏ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵੀ ਪਾਈ ਜਾਂ ਜਿੰਦੇ ਵਿੱਚ ਜ਼ਿੰਮੇਵਾਰੀ ਜੋ ਆ ਇੱਕ ਗੈਂਗ ਚੱਕਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਇਸ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਵੈਂਕੂਵਰ ਦੇ ਵਾਈਟ ਰੌਕ ਏਰੀਆ ਵਿੱਚ ਗਿੱਪੀ ਕਰਵਾਲ ਦੇ ਬੰਗਲੋ ਉੱਤੇ ਫਾਇਰਿੰਗ ਲੌਰੈਂਸ ਬਿਸ਼ਨੋਈ ਗਰੁੱਪ ਨੇ ਕਰਵਾਈ ਹੈ ਸਲਮਾਨ ਖਾਨ ਨੂੰ ਬਹੁਤ ਭਾਈ ਭਾਈ ਕਰਦਾ ਤੂੰ ਹੁਣ ਕਹੇ ਉਹਨੂੰ ਬਚਾਵੇ ਤੈਨੂੰ ਤੇਰਾ ਭਾਜੀ ਇਹ ਸਲਮਾਨ ਨੂੰ ਵੀ ਮੈਸੇਜ ਹੈ ਕਿ ਤੈਨੂੰ ਵਹਿਮ ਹੈ ਕਿ ਤੂੰ ਦਾਉਦ ਤੇਰੀ ਹੈਲਪ ਕਰੂਗਾ ਕੋਈ ਨਹੀਂ ਬਚਾ ਸਕਦਾ ਤੁਹਾਨੂੰ ਸਾਡੇ ਤੋਂ ਇਹ ਗੱਲ ਜੋ ਆ ਲੋਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ ਜ਼ਿੰਮੇਵਾਰੀ ਚੱਕੀ ਗਈ ਹੈ ਤੇ ਨਾਲ ਦੀ ਨਾਲ ਗਿੱਪੀ ਗਰੇਵਾਲ ਨੂੰ ਕਿਹਾ ਗਿਆ ਕਿ ਤੂੰ ਬਹੁਤ ਜ਼ਿਆਦਾ ਭਾਈ ਭਾਈ ਕਰਦਾ ਸੁਲਮਾਨ ਖਾਨ ਨੂੰ ਤੇ ਹੁਣ ਉਹ ਤੈਨੂੰ ਆ ਕੇ ਬਚਾਵੇ ਤੇ ਉਹ ਵੀ ਤੈਨੂੰ ਨਹੀਂ ਬਚਾ ਸਕਦਾ ਤੇ ਨਾਲ ਦੀ ਨਾਲ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਸੋ ਇਸ ਪੋਸਟ ਵਿੱਚ ਅੱਗੇ ਲਾਰੈਂਸ ਵਿਛਨਾਈ ਵੱਲੋਂ ਲਿਖਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਰਨ ਤੇ ਬਹੁਤ ਓਵਰ ਐਕਟਿੰਗ ਕੀਤੀ ਤੈਨੂੰ ਸਭ ਪਤਾ ਸੀ ਇਹ ਕਿੰਨਾ ਹੰਕਾਰਿਆ ਬੰਦਾ ਸੀ ਇਹਦੇ ਕਿਹੜੇ ਕਿਹੜੇ ਕ੍ਰਿਮੀਨਲ ਬੰਦਿਆਂ ਨਾਲ ਟੱਚ ਸੀਗੇ ਜਦ ਤੱਕ ਵਿੱਕੀ ਮਿੰਡੂ ਖੇੜਾ ਜਿਉਂਦਾ ਸੀ ਤੂੰ ਅੱਗੇ ਪਿੱਛੇ ਤੁਰਿਆ ਫਿਰਦਾ ਹੁੰਦਾ ਸੀ ਬਾਅਦ ਵਿੱਚ ਸਿੱਧੂ ਦਾ ਜ਼ਿਆਦਾ ਦੁੱਖ ਹੋ ਗਿਆ ਤੈਨੂੰ ਰਡਾਰ ਚ ਆ ਗਿਆ ਤੂੰ ਵੀ ਹੁਣ ਦੱਸ ਦੇ ਆ ਤੈਨੂੰ ਹੁਣ ਤੇ ਦੇਖ ਕੀ ਹੁੰਦਾ ਸੋ ਇਹ ਪੋਸਟ ਜੋ ਆ ਸਾਂਝੀ ਕੀਤੀ ਗਈ ਆ ਲੋਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਇੱਕ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕੀਤੀ ਗਈ ਆ ਹਾਲਾਂਕਿ ਔਨਅਰ ਚੈਨਲ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਐ ਪਰ ਸੋਸ਼ਲ ਮੀਡੀਆ ਉਤੇ ਅਜਿਹੀ ਪੋਸਟ ਜੋ ਆ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਲੋਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਚੱਕੀ ਗਈ ਐ ਕਿ ਗਿੱਪੀ ਗਰਵਾਲ ਦੇ ਵੈਨਕੂਵਰ ਦੇ ਵਿੱਚ ਸਤਹਕਾਰ ਦੇ ਬਾਹਰ ਜੋ ਆ ਉਹਨਾਂ ਦੇ ਵੱਲੋਂ ਫਾਇਰਿੰਗ ਕਰਵਾਈ ਗਈ ਆ ਤੇ ਇਹ ਵੀ ਸਾਹਮਣੇ ਆ ਰਿਹਾ ਕਿ ਘਰ ਦੇ ਬਾਹਰ ਲੈਂਬੋਰਗਿਨੀ ਖੜੀ ਸੀਗੀ ਉਸ ਦੇ ਉੱਤੇ 4 ਗੋਲੀਆਂ ਲੱਗੀਆਂ ਨੇ ਤੇ ਗਿੱਪੀ ਗਰੇਵਾਲ ਦਾ ਪਰਿਵਾਰ ਜੋ ਸੀਗਾ ਪੂਰਾ ਮੌਜੂਦ ਸੀਗਾ ਅਥੀ ਗਿੱਪੀ ਗਰਿਵਾਲ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਉਹਨਾਂ ਦੀ ਫਿਲਮ ਚ ਸੀਗੀ ਮੋਜੇ ਹੀ ਮੋਜਾ ਰਿਲੀਜ਼ ਹੋਈ ਸੀਗੀ ਜਲਦੀ ਪ੍ਰਮੋਸ਼ਨ ਦੇ ਵਿੱਚ ਟ੍ਰੇਲਰ ਲਾਂਚਿੰਗ ਦੇ ਵਿੱਚ ਸਲਮਾਨ ਖਾਨ ਪਹੁੰਚੇ ਸੀਗੇ ਸੋ ਇਸ ਤੋਂ ਬਾਅਦ ਹੀ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਹੁਣ ਲੋਰੈਂਸ ਵਿਸ਼ਨੋਈ ਦੇ ਵੱਲੋਂ ਜੋ ਆ ਫਾਇਰਿੰਗ ਕਰ ਦਿੱਤੀ ਗਈ ਹੈ ਗਿੱਪੀ ਗਰਿਵਾਲ ਦੇ ਘਰ ਦੇ ਬਾਹਰ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਇਸ ਗੱਲ ਦੀ ਜੋ ਆ ਜ਼ਿੰਮੇਵਾਰੀ ਵੀ ਚੱਕੀ ਗਈ ਹੈ